ਤੁਹਾਡੀ ਡਿਊਟੀ ਤਰਪਾਲਾਂ ਦੀ ਤੁਹਾਡੇ ਕੋਲ ਤਰਪਾਲਾਂ ਦਾ ਇੰਤਜ਼ਾਮ ਹੁੰਦਾ ਕਿ ਨਹੀਂ ਹੁੰਦਾ ਕਦੋਂ ਤੱਕ ਹੋਊਗਾ ਆ ਰਹੀਆਂ ਇੱਕ ਦੇ ਤਿੰਨ ਹੋਰ ਆ ਰਹੀਆਂ ਕਾਹਦੀ ਆ ਰਹੀਆਂ ਨੇ ਦੱਸੋ ਕਿੰਨੀਆਂ ਹੋ ਗਈਆਂ ਅੱਜ ਤਿੰਨ ਦਿਨ ਹੋ ਗਏ ਤੁਹਾਨੂੰ ਕਹਿੰਦੇ ਨੂੰ ਜੇ ਕੰਮ ਕਰਨਾ ਸਾਨੂੰ ਸਿੱਧੀ ਤਰ੍ਹਾਂ ਦੱਸੋ ਨਹੀਂ ਕਰਨਾ ਨਾ ਕਰੋ ਜੇ ਤਰਪਾਲਾਂ ਜਿਹੜੀਆਂ ਸਾਰਿਆਂ ਨੂੰ ਦੇ ਦਿਓ ਜੇ ਪੱਠੇ ਦੇਣੇ ਸਾਰਿਆਂ ਨੂੰ ਦੇ ਦਿਓ ਅੱਜ ਤਿੰਨ ਟਰਾਲੀਆਂ ਸਰਕਾਰੀ ਦੀ ਆਈਆਂ ਨੇ ਬਾਕੀ ਮੈਂ ਪਿੰਡਾਂ ਵਿੱਚ ਮੰਗਾ ਰਿਹਾ ਆਮ ਆਦਮੀ ਪਾਰਟੀ ਦੇ ਸਾਡੇ ਵਰਕਰ ਕੋਈ ਸੇਵਾ ਦਾ ਰੋਲ ਕਰ ਰਹੇ ਹੋ ਤੁਸੀਂ ਕਰ ਕੀ ਰਹੇ ਹੋ ਦੇਖੋ ਜੀ ਮੈਂ ਤਾਂ ਪਿੱਛੋਂ ਸਪਲਾਈ ਦੇਣੀ ਵਾਲੀ ਮੈਂ ਵੀ ਬਣ ਰਹੀ ਦੇਖੋ ਕੰਮ ਕਰਨਾ ਭਾਵੇਂ ਜੋ ਮਰਜ਼ੀ ਹੈ ਇਹ ਹੜ ਪੀੜਤ ਜਿਹੜੇ ਵਿਚਾਰੇ ਹਰ ਵਾਰੀ ਐਵੇਂ ਰਹਿ ਜਾਂਦੇ ਨੇ ਜਿੰਨੇ ਅਫਸਰ ਨੇ ਡੀਸੀ ਮੈਮ ਇਹਨਾਂ ਨੂੰ ਸਮਝਾ ਦਿਓ ਕੰਮ ਕਰਨਾ ਦਾ ਤਰੀਕੇ ਨਾ ਕਰੋ ਮੈਂ ਤਿੰਨ ਦਿਨਾਂ ਦਾ ਪਿੰਡਾਂ 'ਚ ਆ ਨਾ ਮੈਨੂੰ ਪਟਵਾਰੀ ਮਿਲਿਆ ਨਾ ਕੋਈ ਸੈਕਟਰੀ ਮਿਲਿਆ ਇੱਥੇ ਮੈਂ ਆ ਵੇਖੋ ਪਿੰਡਾਂ ਦੇ ਵਿੱਚ ਪਾਣੀ ਦੇ ਵਿੱਚ ਤਰੇ ਫਿਰਦੇ ਵੀਡੀਓ ਸਾਹਿਬ ਮੇਰੇ ਨਾਲ ਗੱਡੀਆਂ ਕੀ ਲੈਣ ਲੈ ਜਾਂਦੇ ਬਾਹਰ ਜਾਂਦੇ ਪਰ ਰੰਗਾ ਡੋਰਾ ਫਿਰੇ ਕਾਲ ਪਾਣੀ ਆ ਵੀਡੀਓ ਸਾਹਿਬ ਮੇਰੇ ਨਾਲ ਚਰੇ ਅਸੀਂ ਨਾ ਕੋਈ ਬੰਦਾ ਹੀ ਨਹੀਂ ਲੱਭਦਾ ਮੈਂ ਮੈਨੂੰ ਪਿੰਡ 'ਚ ਰਹਿਣਗੇ ਜਿਨ੍ਹਾਂ ਦੀ ਡਿਊਟੀ ਇਸ ਟਾਈਮੇ ਕੰਟਰੋਲ ਰੂਮ 'ਚ ਲੱਗ ਕੇ ਆਈਆਂ ਉੱਥੇ ਕੋਈ ਅਫਸਰ ਨਹੀਂ ਹੈ ਜੇ ਤੁਸੀਂ ਉੱਥੇ ਅਫਸਰ ਡਿਊਟੀ ਤੇ ਹੋ ਐਮਐਲ ਸਾਹਿਬ ਜੇ ਨਹੀਂ ਕੋਈ ਇੱਕ ਮੈਨੂੰ ਆਇਆ ਹੋ ਬੰਦਾ ਕਿ ਚੁੱਪ ਮੈਨੂੰ ਲਿਸਟ ਬਣਾ ਕੇ ਦਿਓ ਮੈਂ ਸਸਪੈਂਡ ਕਰਾ ਦਿੰਦੀ ਹਾਂ ਠੀਕ ਹੈ ਮੈਂ ਨਹੀਂ ਰੱਖਣਾ ਅੱਜ ਤਰਪਾਲਾਂ ਦਾ ਇੰਤਜ਼ਾਮ ਕਰ ਤੱਕ ਹੋ ਜਾਣਾ ਸਹੀ ਜਮਾਂ ਦਾ ਮੈਂ ਪੁੱਛ ਕੇ ਦੱਸ ਦੇਣਾ ਕੱਲ ਤੱਕ ਵੇਖੋ ਗੱਲ ਸੁਣ ਲਓ ਜੇ ਤਰਪਾਲ ਦੇਣੀ ਸਾਰਿਆਂ ਨੂੰ ਦੇਣੀ ਨਹੀਂ ਤਾਂ ਇੱਥੇ ਵੇਖੋ ਸਾਡੇ ਕੱਪੜੇ ਪਾੜ ਜਾਣੇ ਜੇ ਪੱਠੇ ਆਉਣੇ ਤਾਂ ਸਾਰਿਆਂ ਨੂੰ ਸਰਕਾਰੀ ਤੌਰ ਤੇ ਦਿਓ ਜੇ ਨਹੀਂ ਤੁਹਾਡੇ ਕੋਲ ਇੰਤਜ਼ਾਮ ਹੁੰਦਾ ਮੈਨੂੰ ਦੱਸੋ ਮੈਂ ਆਪੇ ਜਿਵੇਂ ਮਰਜ਼ੀ ਕਰਾਂ ਅੱਜ ਮੈਂ 10 ਟਰਾਲੀਆਂ ਮੰਗਾਈਆਂ ਨਾ ਸਾਡੇ ਵਰਕਰਾਂ ਨੂੰ ਕਹਿ ਕੇ ਇਹ ਤੁਸੀਂ ਕਿਉਂ ਨਹੀਂ ਕੀਤਾ ਕੰਮ ਲਾਈਟ ਮੈਡਮ ਉਹਨਾਂ ਨੇ ਉਸ ਕਰਕੇ ਕੱਟੀ ਜਨਾਬ ਉਹਨਾਂ ਵਿੱਚ ਪਾਇਆ ਜੀ ਹਾਂਜੀ ਮੈਡਮ ਦੱਸੋ ਟਰਾਲੀਆਂ ਹੋਣੇ ਅੱਜ ਮੀਟਿੰਗ ਹੋ ਗਈ ਤਾਂ ਤੁਹਾਨੂੰ ਆ ਜਾਣਗੀਆਂ ਕਿੰਨੀਆਂ ਟਰਾਲੀਆਂ ਟਰਾਲੀਆਂ ਆ ਗਈਆਂ ਹੋਰ ਕਿੰਨੀਆਂ ਆ ਗਈਆਂ ਪੰਜ ਆਈਆਂ ਟਰਾਲੀਆਂ ਪੰਜ ਆ ਗਈਆਂ ਹੋਰ ਕਿੰਨੀਆਂ ਆ ਗਈਆਂ ਪੰਜ ਹੋਰ ਆ ਗਈਆਂ ਜੀ ਕੱਲ ਮੈਡਮ ਸਾਨੂੰ 500 ਕੁਇੰਟਲ ਆ ਗਏ ਕਿੰਨੀ 500 ਕੁਇੰਟਲ 500 ਕੁਇੰਟਲ जिन्ने भी अफसर खड़े ने अपने इत्थे सुन लो सीएम साहब भगवंत सिंह मान जी वालों कोई कमी नहीं है सरकार वालों कोई कमी नहीं है डीसी मैडम अपने इन्ने वधिया कोऑपरेट करी जांदे ने सारयां नाल वेखो जे काम करना तां तरीके नाल तीन चार दिन सेवा समझ के कर लो ठीक है जी जे नहीं करना तां लिख के दे दिओ असीं नहीं कर सकदे असीं होर बंदा ला लईए ये मेरी बेनती है जे हुण काम ना करोगे डीसी साहब किसे नूं नहीं बख्शना जी बिल्कुल देखो सरकार वालों किसी चीज की कमी नहीं है सरकार सानू पूरे पैसे भी दे रही है फंड्स भी दे रही है फूड पैकेट्स भी दे रही है हर एक चीज दे रही है जे अफसर अपनी ड्यूटी नहीं करेगा देन आई विल हैव टू टेक स्ट्रिक्ट एक्शन ठीक है जी ये मैं लिख के दे देना तुम्हें लिख के दे देना चलना है बंदे नहीं कर रहे जे नहीं समान होना तो हो रहे ठीक है जी आई विल टेक एक्शन